जालंधर की छोटी बारादरी स्थित बाज होटल में रात करीब 9 बजे अपने दोस्तों के साथ पार्टी कर रहे युवकों पर नकाबपोश बदमाशों ने तेज धार हथियारों से हमला कर दिया। इस हमले में पीड़ित टोनी और उसका दोस्त मनीष बुरी तरह घायल हो गए, जिन्हें पास ही में स्थित एसजीएल अस्पताल में भर्ती करवाया गया है। इस दौरान टोनी ने बताया कि वह अपने भतीजे और भांजे को विदेश भेजने के लिए एजेंट से मिलने होटल में आया था। सौदे के अनुसार टोनी 11 लाख रुपए नगद लेकर आया था। टोनी अपने दोस्तों और एजेंट व उसके साथी के साथ खाना खा रहा था, तभी नकाबपोश बदमाश कमरे में दाखिल हुए और उन पर जानलेवा हमला कर दिया। इस दौरान टोनी और मनीष को गंभीर चोटें आई हैं। मनीष के हाथ में गहरे कट हैं, जिसे एसजीएल अस्पताल में भर्ती करवाया गया है। वहीं घटना की सूचना मिलते ही थाना 1 के एसएचओ मौके पर पहुंचे। इस दौरान एसीपी हरविंदर सिंह गिल ने भी अस्पताल का दौरा किया और घायल मनीष से पूरी जानकारी ली। पुलिस होटल ताज में लगे सीसीटीवी कैमरे खंगाल रही है। इस दौरान एजेंट के भी हल्की चोट आई है, जिसका इलाज किया जा रहा है। टोनी ने एजेंट पर संदेह जारी किया है। फिलहाल पुलिस मामले की जांच कर रही है। जालंधर से पंकज शर्मा की रिपोर्ट। ਜੀ ਇੱਥੇ 202 ਰੂਮ ਦੇ ਵਿੱਚ ਅਸੀਂ ਸ਼ਾਮ ਟਾਈਮ ਜਿੱਦਾਂ ਰੋਟੀ ਖਾ ਰਹੇ ਸੀ। ਅੱਛਾ, ਰੋਟੀ ਖਾਣੀ ਸ਼ੁਰੂ ਕੀਤੀ ਅਸੀਂ, ਲੋਕ ਕੀਤਾ ਦਾ ਸੀ ਰੂਮਾਂ ਬੜਾ। ਠੀਕ ਹੈ, ਰੂਮ ਆਪਾਂ ਲੋਕ ਕੀਤਾ ਸੀ, ਉਹਨੂੰ ਜਕਦਾ ਵੀ ਨਾ, ਜਿੱਦਾਂ ਉਹਨਾਂ ਨੇ ਜਕਦਾ ਵੀ ਜਿੱਦਾਂ ਜ਼ੋਰ ਲਾਉਣਾ ਸ਼ੁਰੂ ਕੀਤਾ ਵੀ ਧੱਕਾ ਹੋਇਆ ਜਿੱਦਾਂ ਰੂਮ ਦੇ ਨਾਲ ਸ਼ੁਰੂ ਕੀਤਾ, ਦਰਵਾਜ਼ਾ ਡੋਰ ਖੋਲਿਆ, ਉਹਨਾਂ ਨੇ ਆਉਂਦੇ ਨਾ ਸਿੱਧਾ ਇੱਕ ਬੰਦੇ ਕੋਲ ਵੈਪਨ ਸੀ। ਠੀਕ ਹੈ, ਅਤੇ 4-5 ਬੰਦਿਆਂ ਕੋਲ ਸਿੱਧਾ ਉਹਨਾਂ ਨੇ ਟਕੂਏ ਫੜੇ ਹੋਏ ਸੀ, ਮੂੰਹ ਦੇ ਨਾਲ ਰੁਮਾਲ ਬੰਨੇ ਦੇ ਸੀ। ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ, ਬਸ ਫਟਾਫਟ ਸਾਡੇ ਦੇ ਨਾਲ ਉਹਨਾਂ ਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੈਂ ਅਤੇ ਮਨੀਸ਼ ਭਾਅ ਜੀ ਸਾਡੇ ਦੋਨਾਂ ਦੇ ਉਹਨਾਂ ਨੇ ਵਾਰ ਸ਼ੁਰੂ ਕੀਤੇ ਕਰਨੇ ਦੋਨਾਂ ਦੇ। ਓਕੇ, ਅਤੇ ਅਸੀਂ ਅੱਗੇ ਕਹੇ ਤੇ ਕਿ ਬਜਾ ਕਰਦੇ ਕਰਦੇ ਮਨੀਸ਼ ਭਾਅ ਜੀ ਤਾਂ ਥੋੜ੍ਹੀ ਜ਼ਿਆਦਾ ਲੱਗ ਗਈ ਸਾਡੇ 'ਚ ਦਾਣਾ ਦੇ ਦੋਨਾਂ ਹੱਥਾਂ ਦੇ, ਅਤੇ ਮੇਰੇ ਵੀ ਉਹਨਾਂ ਮਾਰਦੇ ਸਿਰ ਵਿੱਚ ਪਏ, ਚਲੋ ਬਚਾ ਸੀ ਕੀਤਾ ਆਪਣਾ, ਕਰਕੇ ਉਹਨਾਂ ਨੇ ਸਾਨੂੰ ਨਾ ਇਕੱਠਿਆ 4-5 ਬੰਦਿਆਂ ਨੇ ਬਾਥਰੂਮ ਦੇ ਵਿੱਚ ਵੈਪਨ ਜਦੋਂ ਸਿਰ ਸਾਡੇ ਦੋਵਾਂ ਸਿਰ 'ਤੇ ਰੱਖੀ, ਸਾਨੂੰ ਬਾਥਰੂਮ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ। ਬੰਦ ਕਰਕੇ ਨਾਲ ਇਹਨਾਂ ਇੱਕ ਬੰਦੇ ਨੇ ਉਹਨਾਂ ਨੇ ਨਾ ਆਪਣਾ ਜਿੱਦਾਂ ਆਪਣੇ ਜਿੱਥੇ ਬੈਠਦੇ ਸੀ ਵੀ ਰੋਟੀ ਖਾਣ ਰਹੇ ਸੀ, ਸਾਡੀ ਉੱਥੇ ਪੇਮੈਂਟ ਪਈ ਸੀ, ਉਹਦੇ ਵਿੱਚ ਅਸੀਂ ਰੱਖੀ ਸੀ। ਓਕੇ, ਅਤੇ ਉਹਦੇ ਵਿੱਚ ਉਹਨਾਂ ਨੇ ਪੇਮੈਂਟ ਇੱਕ ਬੰਦੇ ਨੇ ਸਾਡੇ ਸਾਹਮਣੇ ਪੇਮੈਂਟ ਕੱਢੀ, ਉਹਦੇ ਵਿੱਚ ਗ੍ਰੀਨ ਰੰਗ ਦਾ ਸਾਡਾ ਬੈਗ ਸੀ, ਉਹ ਚੱਕ ਕੇ ਫਟਾਫਟ ਉਹਨਾਂ ਕੋਈ ਗੱਲ ਨਹੀਂ ਕੀਤੀ, ਬਾਹਰ ਕੁੰਡਾ ਲਾ ਕੇ ਨਾਲ ਹੀ ਨਿਕਲ ਗਏ ਆ ਬਾਹਰ ਨੂੰ। ਭਾਈ ਬੰਦੇ ਕੌਣ ਨੇ ਉਹ ਲੋਕ? ਸਰ ਪਤਾ ਨਹੀਂ ਸਾਨੂੰ ਕੌਣ ਆ ਕੌਣ ਨਹੀਂ, ਸਾਨੂੰ ਪਤਾ ਹੀ ਨਹੀਂ ਹੈ ਵੀ ਕਿਉਂ ਆਏ, ਕਿੱਦਾਂ ਆ ਗਏ, ਸਾਨੂੰ ਪਤਾ ਹੀ ਨਹੀਂ। ਵੈਪਨ ਕਿਹੜੇ ਸੀਗੇ ਉਹਨਾਂ ਕੋਲ? ਸਰ ਸਾਨੂੰ ਵੈਪਨ ਦਾ ਥੋੜ੍ਹਾ ਸੀ, ਕੋਈ ਗੁੰਡੇ ਗਰੇ ਥੋੜ੍ਹੇ ਨਹੀਂ ਨਹੀਂ ਉਹਨਾਂ ਕੋਲ ਕਿਹੜੇ ਵੈਪਨ ਸੀ? ਕੋਈ ਪਿਸਟਲ ਜਾਂ ਕੋਈ ਛੋਟੇ ਪਿਸਟਲ ਸੀ ਉਹਨਾਂ ਕੋਲ ਜੀ? ਅੱਛਾ, ਹਾਂਜੀ। ਤੇ ਕੈਸ਼ ਕਿਹੜਾ ਸੀਗਾ ਇਹਨਾਂ? ਕੈਸ਼ ਕਾਹਤਾ ਸੀਗਾ? ਸਰ ਕੈਸ਼ ਸਾਡੇ ਕੋਲ ਤਾਂ ਸਾਡਾ ਕੋਈ ਮੇਰਾ ਭਾਂਜਾ ਹੈਗਾ। ਅੱਛਾ, ਤਾਂ ਉਹਦੇ ਅਸੀਂ ਬਾਹਰ ਜਾਣ ਲਈ ਨਾ ਅਸੀਂ ਦੇਣੇ ਸੀ ਪੈਸੇ। ਅਮਾਊਂਟ ਕਿੰਨੀ ਸੀਗੀ? 11 ਲੱਖ ਰੁਪਈਆ ਜੀ। ਤੇ ਜਿਹੜੇ ਮੁੰਡੇ ਆਏ ਉਹਨਾਂ ਵੱਲੋਂ ਤੁਹਾਨੂੰ ਧਮਕਾਇਆ ਵਗੈਰਾ ਵੀ ਗਿਆ? ਨਹੀਂ ਧਮਕਾਇਆ ਨਾ, ਕੁਛ ਨਹੀਂ ਗੱਲ ਕੀਤੀ ਸਰ ਉਹਨਾਂ ਨੇ। ਕਿੰਨੇ ਕੁ ਵਜੇ ਦੀ ਗੱਲ ਹੈ ਜਦੋਂ ਹੋਟਲ ਦੇ ਅੰਦਰ? ਇਹ ਸ਼ਾਮ ਦਾ ਟਾਈਮ ਰਾਤ ਦਾ ਕੋਈ ਹੋਣਾ ਕੋਈ ਸਰ 9:30 ਦੇ ਵਿੱਚ ਵਿੱਚ ਟਾਈਮ ਦੀ। ਤੁਸੀਂ ਕਿੰਨੇ ਮੈਂਬਰ ਸੀਗੇ ਇੱਥੇ ਜਿਹੜੇ ਰੂਮ 'ਚ ਠਹਿਰੇ? ਸਰ 5 ਜਣੇ ਸੀ ਇੱਥੇ। ਅੱਛਾ, 3 ਜਣੇ ਅਸੀਂ ਅੰਦਰ ਸੀ, 2 ਜਣੇ ਸਾਡੇ ਬੰਦੇ ਮੁੰਡੇ ਬਾਹਰ ਸੀ ਬੈਠੇ ਦੇ। ਤੇ ਜੇਕਰ ਦੇਖਿਆ ਜਾਵੇ ਹੋਟਲ ਦੇ ਕਿਸੇ ਵੀ ਸਟਾਫ ਨੇ ਬਾਜ ਹੋਟਲ ਹੈਗਾ ਇੱਥੇ ਤਾਜ ਮਾਰਕੀਟ ਦੇ ਸਾਹਮਣੇ, ਇੱਥੇ ਟੋਨੀ ਨਾਂ ਦਾ ਬੰਦਾ ਇੱਥੇ ਹਾਜ਼ਰ ਹੈਗਾ, ਉਹਨੇ ਕੋਲ ਆਪਣਾ ਭਾਂਡਾ ਬਾਹਰ ਭੇਜਣਾ ਸੀਗਾ। ਏਜੰਟ ਨਾਲ ਕਿਸੇ ਨਾਲ ਗੱਲ ਹੋਈ ਸੀ ਵੀ ਅਸੀਂ ਇੰਨੇ ਪੈਸੇ ਲੈਣੇ ਅਤੇ ਬਾਹਰ ਭੇਜਣਾ। ਭਾਂਡੇ ਇਹਨਾਂ ਨੇ ਪਹਿਲਾਂ ਹੀ ਸਵੇਰੇ ਜਮੀਨ ਚਾੜਤਾ ਇੱਥੋਂ ਬੱਸ 'ਤੇ, ਇੱਥੇ ਦੁਬਾਰਾ ਇਹਨਾਂ ਨੇ ਆ ਕੇ ਪੇਮੈਂਟ ਕਰਵਾਉਣੀ ਸੀ। ਪੇਮੈਂਟ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਨਾਲ ਹੀ ਉੱਥੇ ਬਹਿ ਕੇ ਖਾਣਾ ਖਾ ਰਹੇ ਸੀਗੇ, ਕੋਈ 3-4 ਅਨਨੋਨ ਬੰਦੇ ਆਏ ਹੈਗੇ ਉੱਥੇ ਜਾ ਕੇ ਇਹਨਾਂ ਦੇ ਦਾਤ ਦੂਤ ਮਾਰ ਕੇ ਅਤੇ ਜਿਹੜੇ ਉਹ ਪੈਸੇ ਲੈਗੇ ਆ, ਇਹ ਦੱਸ ਰਹੇ ਵੀ 11 ਲੱਖ ਰੁਪਈਆ ਹੈਗਾ। ਮੌਕੇ 'ਤੇ ਆਏ ਹਾਂ, ਵੈਰੀਫਾਈ ਕਰ ਰਹੇ ਹਾਂ ਅਤੇ ਬਾਕੀ ਜੋ ਵੀ ਬਿਆਨ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਰਹੇ ਹਾਂ। ਹੈਗੀ ਤਾਂ ਜਿਹੜੇ ਬੰਦਿਆਂ ਦੇ ਏਜੰਟ ਦੇ ਕੰਮ ਕਰਦੇ ਉਹ ਵੀ ਦੂਜਾ ਉਹ ਵੀ ਸਾਡੇ ਕੋਲ ਉੱਥੇ ਹੈਗੇ, ਪਿੱਛੇ ਹੈਗੇ, ਜਦੋਂ ਪਰਚਾ ਦੇ ਕੇ ਵੈਰੀਫਾਈ ਕਰ।